ਕਿ ਜਿੱਥੇ ਪੰਜਾਂ ਪਾਣੀਆਂ ਨੇ ਜਾਲ ਬੰਨਿਆ ਉਸ ਧਰਤੀ ਦੀ ਭੁੱਖ ਵਿੱਚੋਂ ਮੈਂ ਜੰਮਿਆ, ਜਿੱਥੇ ਉਗਦੀ ਆ ਸੋਨਾ ਤੇ ਜ਼ਮੀਨ ਜੱਟੀਏ, ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ, ਨੀ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀਏ। ਲਕਸ਼ਮੀਆਂ ਮਾਮਾ ਦੇ ਪੱਲੀ ਪੁੱਤ ਅੱਜ ਵੱਖੋ ਵੱਖਰੇ ਅੰਦਾਜ਼, ਵੱਖੋ ਵੱਖਰੇ ਤਜਰਬਿਆਂ ਦੇ ਨਾਲ ਆਪਣੀ ਖੇਡ ਦਾ, ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹੈ। ਪਰ ਇਧਰਲੇ ਪਾਸੇ ਨੌਜਵਾਨ ਇਸ ਵੇਲੇ ਪੱਤੂ ਕਹਿੰਦੇ ਲਾ ਤਕੜਾ ਜੱਫਾ ਪੈਣ ਦਾ ਵਾਧਾ ਕਰ ਰਿਹਾ ਹੈ ਆਪਣੀ ਟੀਮ ਦੇ ਲਈ। ਕੂਲਰ ਨੇ ਤਿਆਰੀ ਫੜੀ ਹੈ, ਪਿਆਰਾ ਸਾਉਣ ਮਾਨਵੀ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਐਨ ਕਹਿੰਦੀ ਅੱਜ ਵੱਡੀ ਸਾਉਣ ਜਿਹੜੀ ਮਾਲਵੀ ਦੀ ਪੁੱਜੀ ਹੋਈ ਹੈ, ਧੰਨਵਾਦ ਹੈ। ਨਾਲ ਪੰਜਾਬੀ ਲਾਈਵ ਟੀਵੀ ਵਾਲਿਆਂ ਦਾ ਵੀ, ਫਾਸਟ ਵੇ 313 ਨੰਬਰ ਚੈਨਲ ਵਾਲਿਆਂ ਦਾ ਵੀ ਧੰਨਵਾਦ ਹੈ। ਲਾਈਵ ਦਿਖਾਇਆ ਜਾ ਰਿਹਾ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ। ਲਓ ਕੂਲਰ ਨੇ ਕਬੱਡੀ ਪਾਈ ਹੈ ਜਾਂ ਫੀ ਖਿਆਲੇ ਵਾਲੀ, ਐਨ ਨੌਜਵਾਨ ਬੈਲੀ ਹੈ, ਨੌਜਵਾਨ ਟਰਾਈ ਕਰਦਾ ਤੇ ਪੈਣ ਜਿਹੜਾ ਰੇਡਰ ਦੇ ਹਿੱਸੇ ਹੈ। ਚੀਨਾ ਵੀ ਆਇਆ ਸੰਘੈਣ ਵਾਲਾ, ਟੋਨੀ ਕਹਿੰਦਾ ਵੀ ਅੱਜ ਕਹਿੰਦੇ ਯਾਰੀਆਂ ਪਗਾਉਣ ਆਇਆ, ਐਨ ਕਹਿੰਦੇ ਯਾਰੀ ਪਗਾਉਣ ਆਇਆ ਸੰਘੈਣ ਵਾਲਾ ਚੀਨਾ। 300 ਦੀਆਂ ਮੁੰਡੀਆਂ ਦਾ ਜੇਤੂ ਵੀ ਪੁੱਜਿਆ ਮੇਰੇ ਪੰਜਾਬੀ ਵੀਰੋ, ਅੱਜ 75 ਕਿਲੋ ਦੇ ਸਟਾਰ। ਅਗਲੇ ਮੈਚਾਂ ਦੇ ਲਈ ਟੀਮਾਂ ਲੜਕੀਆਂ ਦੀਆਂ ਤਿਆਰ ਹੋ ਕੇ ਆ ਜਾਣ ਖੇਡ ਮੈਦਾਨ ਦੇ ਵਿੱਚ। ਸੇਖੂ ਵਾਸਤੇ ਤੰਦਾ ਵਧਾ।